ਨਾਭਾ ਤੋਂ ਮਲੇਰਕੋਟਲਾ ਰੋਡ ਤੇ ਪਿੰਡ ਦੁਲਦੀ ਕੋਲ ਇੱਕ I-20 ਤੇਜ਼ ਰਫ਼ਤਾਰ ਕਾਰ ਆਪਣਾ ਸੰਤੁਲਨ ਖੋ ਕੇ ਇੱਕ ਵੱਡੇ ਦਰਖਤ ਵਿੱਚ ਜਾ ਵੱਜੀ, ਜਿਸ ਨਾਲ ਕਾਰ ਦੇ ਅਗਲੇ ਹਿੱਸੇ ਦੇ ਪਰਖਚੇ ਉੱਡ ਗਏ। ਇਸ ਵਿੱਚ ਸਵਾਰ ਦੋ ਨੌਜਵਾਨ ਜੋ ਸੰਗਰੂਰ ਜ਼ਿਲ੍ਹਾ ਦੇ ਮੀਮਸਾ ਪਿੰਡ ਦੇ ਰਹਿਣ ਵਾਲੇ ਸਨ, ਜ਼ਖਮੀ ਹੋ ਗਏ। ਦੋਵੇਂ ਨੌਜਵਾਨ ਮੀਮਸਾ ਜ਼ਿਲ੍ਹਾ ਸੰਗਰੂਰ ਦੇ ਰਹਿਣ ਵਾਲੇ ਸਨ, ਜਿਨ੍ਹਾਂ ਨੂੰ 108 ਐਂਬੂਲੈਂਸ ਵਿੱਚ ਨਾਭਾ ਦੇ ਸਿਵਲ ਹਸਪਤਾਲ ਲਿਆਇਆ ਗਿਆ, ਜਿੱਥੇ ਇਹਨਾਂ ਨੂੰ ਫਸਟ ਐਡ ਦੇ ਕੇ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ। ਦੋ ਮੁੰਡੇ ਸੀਗੇ, ਗੱਡੀ ਬਹੁਤ ਤੇਜ਼ ਸੀਗੀ ਜੀ, ਆਊਟ ਆਫ ਕੰਟਰੋਲ ਹੋ ਕੇ ਇਹ ਟਾਹਲੀ 'ਚ ਟਕਰਾ ਗਈ ਜੀ। ਇੱਕ ਦੀ ਸ਼ਾਇਦ ਮੌਕੇ 'ਤੇ ਮੌਤ ਹੋ ਗਈ, ਦੂਜਾ ਫਟ ਰਿਹਾ, ਐਂਬੂਲੈਂਸ 'ਚ ਪਾ ਕੇ ਨਾਭੇ ਲੈ ਗਏ। 655 ਬਲਰਾਜ ਸਿਨੇਮਾ ਦੇ ਸਾਹਮਣੇ ਨਾ ਦਰਖਤ 'ਚ ਵੱਜ ਗਈ ਹੈ, ਅਤੇ ਬੰਦੇ ਦੋ ਨੌਜਵਾਨ ਸੀ, ਮੀਮਸੇ ਪਿੰਡ ਦੇ ਦੱਸਦੇ ਨੇ ਜੀ। ਨਾਭੇ ਹਸਪਤਾਲ ਤੋਂ 181 ਨੇ ਲਿਆਈ ਸੀਗੀ, ਉਹਨਾਂ ਨੂੰ ਰੈਫਰ ਕਰਤਾ ਪਟਿਆਲੇ ਲਈ। ਹੋਰ ਕੋਈ ਸਾਡੇ ਕੋਲ ਸੂਚਨਾ ਨਹੀਂ ਹੈਗਾ। ਜਿਨ੍ਹਾਂ ਦਾ ਰੋਡ ਸਾਈਡ ਐਕਸੀਡੈਂਟ ਹੋਇਆ ਸੀਗਾ, ਕ੍ਰਿਟੀਕਲ ਸੀਗੇ, ਉਹ ਹੈੱਡ ਇੰਜਰੀ ਨਾਲ ਆਏ ਸੀ, ਉਹਨਾਂ ਨੂੰ ਫਸਟ ਏਡ ਦਿੱਤੀ ਗਈ ਅਤੇ ਉਸ ਤੋਂ ਬਾਅਦ ਰਜਿੰਦਰਾ ਹੋਸਪਿਟਲ ਰੈਫਰ ਕੀਤਾ। ਨਾਭਾ ਤੋਂ ਦੀਪਕ ਬੰਗਾ ਦੀ ਰਿਪੋਰਟ, ਚੈਨਲ